ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲਓ ਜੀ, ਆਪਾਂ ਇੱਕ ਨਵਾਂ ਵਲੋਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਹਾਂ। ਅਤੇ ਦਿਨ ਹੈਗਾ ਅੱਜ ਸ਼ਨੀਵਾਰ ਦਾ, ਟਾਈਮ ਹੋ ਗਿਆ ਇੱਥੇ ਸਵੇਰ ਦੇ 7 ਵਜੇ ਦਾ। ਮੈਂ ਜੀਰਾ ਭੁੰਨਣ ਲੱਗੀ ਹੋਈ ਹਾਂ ਕਿਉਂਕਿ ਅੱਜ ਅਸੀਂ ਤਿਆਰ ਕਰ ਰਹੇ ਹਾਂ ਲੱਸੀ ਦਹੀਂ 'ਚ ਪਾਉਣ ਵਾਲਾ ਲੂਣ। ਅਤੇ ਲੂਣ ਦੇ ਵਿੱਚ ਕਿਹੜਾ ਕਿਹੜਾ ਮਟੀਰੀਅਲ ਮਿਕਸ ਕਰਦੇ ਹਾਂ ਅਸੀਂ, ਉਸ ਵਾਸਤੇ ਆਪਾਂ ਸਪੈਸ਼ਲ ਬਲੌਗ ਬਣਾਇਆ ਹੋਇਆ, ਤੁਸੀਂ ਜਾ ਕੇ ਦੇਖ ਸਕਦੇ ਹੋ ਜੀ। ਅਤੇ ਇਹ ਵਾਲਾ ਜਿਹੜਾ ਲੂਣ ਹੋਊਗਾ ਤਿਆਰ, ਇਹ ਸਪੈਸ਼ਲ ਤਰ੍ਹਾਂ ਦਾ ਲੂਣ ਤਿਆਰ ਹੋ ਜਾਂਦਾ ਆ, ਜੋ ਕਿ ਦਹੀਂ ਲੱਸੀ 'ਚ ਪਾਉਣ ਦੇ ਜਾਂ ਨਿੰਬੂ ਪਾਣੀ ਦੇ ਪਾਉਣ ਦੇ ਵਿੱਚ ਕੰਮ ਆਉਂਦਾ ਆ। ਅਤੇ ਇਹ ਜਿਹੜਾ ਲੂਣ ਹੈ ਬਹੁਤ ਹੀ ਵਧੀਆ ਹੁੰਦਾ ਆ ਕਿਉਂਕਿ ਇਹਦੇ ਬਹੁਤ ਸਾਰੇ ਫਾਇਦੇ ਆ, ਜਿਵੇਂ ਕਿ ਕਈਆਂ ਨੂੰ ਦਹੀਂ ਲੱਸੀ ਤੋਂ ਉਬਾਬਾਦੀ ਹੁੰਦੀ ਹੈ, ਅਤੇ ਇਹ ਲੂਣ ਪਾਉਣ ਨਾਲ ਉਬਾਬਾਦੀ ਦੀ ਸ਼ਿਕਾਇਤ ਵੀ ਨਹੀਂ ਰਹਿੰਦੀਗੀ। ਅਤੇ ਦੂਸਰਾ, ਇਹ ਡਾਈਜੈਸ਼ਨ ਦਾ ਕੰਮ ਕਰਦਾ, ਮਤਲਬ ਖਾਧਾ ਪੀਤਾ ਪਚਾਉਣ ਦਾ ਕੰਮ ਕਰਦਾ। ਜੇ ਆਪਾਂ ਇਸ ਨੂੰ ਨਿੰਬੂ ਪਾਣੀ ਦੇ ਵਿੱਚ ਵੀ ਪਾ ਕੇ ਪੀਂਦੇ ਹਾਂ ਤਾਂ ਬਹੁਤ ਵਧੀਆ ਆ, ਦਹੀਂ ਲੱਸੀ ਦੇ ਵਿੱਚ ਵੀ ਪਾ ਕੇ ਪੀ ਸਕਦੇ ਹਾਂ, ਖਾ ਸਕਦੇ ਹਾਂ ਇਸ ਨੂੰ। ਅਤੇ ਅੱਜ ਮੈਂ ਬਸ ਜੀਰਾ ਭੁੰਨ ਰਹੀ ਸੀਗੀ, ਲੂਣ ਤਿਆਰ ਕਰਨਾ ਸੀ ਡੈਡੀ ਜੀ ਨੇ, ਕਿਉਂਕਿ ਪਿਛਲੀ ਵਾਰੀ ਮੈਂ ਤਿਆਰ ਕੀਤਾ ਸੀ ਥੋੜ੍ਹਾ ਜਿਹਾ ਮੈਂ ਛਾਣੀ ਨਾ ਛਾਣਿਆ ਸੀ ਤਾਂ ਮੋਟਾ ਰਹਿ ਗਿਆ ਸੀ। ਅਤੇ ਡੈਡੀ ਜੀ ਕਹਿੰਦੇ ਚਲੋ ਮੇਰੇ ਕੋਲ ਟਾਈਮ ਹੈਗਾ, ਮੈਂ ਇਸ ਨੂੰ ਕੱਪੜਾ ਛਾਣ ਕਰਕੇ ਪਾ ਦੂੰਗਾ, ਚੰਗੀ ਤਰ੍ਹਾਂ ਬਰੀਕ ਕਰਨਾ, ਜਿਹੜਾ ਵੀ ਦਹੀਂ ਲੱਸੀ ਦੇ ਵਿੱਚ ਕੋਈ ਪਤਾ ਨਾ ਲੱਗੇ ਵੀ ਲੂਣ ਪਾਇਆ ਹੋਇਆ ਜਾਂ ਨਹੀਂ ਪਾਇਆ ਹੋਇਆ ਹੈਗਾ। ਅਤੇ ਇੱਥੇ ਜੀ ਮੈਂ ਸਾਰੇ ਕੱਪੜੇ ਪ੍ਰੈੱਸ ਕਰਕੇ ਰੱਖਤੇ ਕਿਉਂਕਿ ਅੱਜ ਅਸੀਂ ਜਾ ਰਹੇ ਸੀਗੇ ਦੀਦੀ ਜੀ ਦੇ ਅੰਤਿਮ ਅਰਦਾਸ ਦੇ ਵਿੱਚ, ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ, ਇਸ ਕਰਕੇ ਪੂਰਾ ਵਲੌਗ ਜ਼ਰੂਰ ਦੇਖਿਓ ਜੀ। ਅਤੇ ਇਹ ਕੁਛ ਕੱਲ੍ਹ ਕਰ ਲਏ ਸੀ ਕੱਪੜੇ ਪ੍ਰੈੱਸ, ਅਤੇ ਕੁਛ ਅੱਜ ਸਵੇਰੇ ਮੈਂ ਸਫਾਈਆਂ ਕਰਨ ਤੋਂ ਬਾਅਦ, ਮੇਰੇ ਕੋਲ ਟਾਈਮ ਸੀਗਾ, ਹੁਣ ਮੈਂ ਸੈੱਟ ਕਰਕੇ ਰੱਖ ਰਹੀ ਸੀ ਜਿਹੜੇ ਪਾਉਣੇ ਸੀਗੇ। ਅਤੇ ਇੱਥੇ ਆਪਾਂ ਤਿਆਰ ਹੋ ਗਏ ਸੀਗੇ, ਅਤੇ ਮੰਮੀ ਜੀ ਡੈਡੀ ਜੀ ਵੀ ਤਿਆਰ ਹੋ ਕੇ, ਰਾਜਿੰਦਰ ਵੀ ਤਿਆਰ ਹੋ ਗਏ ਸੀਗੇ। ਅਤੇ ਮੰਮੀ ਜੀ ਨੇ ਰਹਿਣਾ ਸੀ ਕੁਛ ਦਿਨ ਮੇਰੇ ਨਨਾਣ ਕੋਲ, ਇਸ ਕਰਕੇ ਨਾਲ ਕੱਪੜੇ ਵੀ ਲੈ ਕੇ ਜਾ ਰਹੇ ਸੀਗੇ ਆਪਦੇ। ਮੰਡੀ ਆ ਕੇ ਮੰਮੀ ਜੀ ਦੀ ਦਵਾਈ ਲਈ, ਕਿਉਂਕਿ ਅੱਜ ਕੱਲ੍ਹ ਮੰਮੀ ਜੀ ਨੂੰ ਐਲਰਜੀ ਦੀ ਪ੍ਰੋਬਲਮ ਬਹੁਤ ਹੋਈ ਪਈ ਆ, ਪਤਾ ਨਹੀਂ ਲੱਗ ਰਿਹਾ ਕਿਸੇ ਚੀਜ਼ ਤੋਂ ਕੀ ਚੀਜ਼ ਹੈ। ਅਸੀਂ ਵੇਟ ਕਰ ਰਹੇ ਸੀਗੇ, ਅਤੇ ਮੰਮੀ ਦੇ ਧੱਫੜ ਵਗੈਰਾ ਬਹੁਤ ਹੋ ਜਾਂਦੇ ਪੂਰੇ ਸਰੀਰ 'ਤੇ, ਇਹ ਪਹਿਲਾਂ ਵੀ ਦਵਾਈ ਲਈ ਸੀਗੀ, ਆਰਾਮ ਆ ਗਿਆ ਸੀਗਾ, ਹੁਣ ਦੁਬਾਰਾ ਦਿਖਾਉਣ ਆਏ ਸੀ ਚੈੱਕਅਪ ਕਰਾਉਣ ਵਾਸਤੇ। ਅਜੇ ਵੀ ਲਿਖਿਆ ਆ ਰਿਹਾ ਐਂਡਿੰਗ ਸਪੀਕ ਕਲੈਕਟ ਹੋਇਆ ਹੀ ਨਹੀਂ। ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਅਤੇ ਵਾਹਿਗੁਰੂ ਕਹਿ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ। ਲਓ ਜੀ, ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ, ਬਹੁਤ ਖੁੱਲ੍ਹੀ ਜਗ੍ਹਾ 'ਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ, ਖੇਤਾਂ ਦੇ ਵਿੱਚ। ਪਿੰਡ ਹੈਗਾ ਜੀ ਇਹ 12 PS, ਜਿੱਥੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਉੱਧਰ ਹੈ
ਵਾਰੀਆ ਕੋ
ਜੋ ਤੇਰਾ ਹੁਕਮ ਦਿਵੈ ਤਿਉਂ ਹੋਵਣਾ ਜੋ ਜੋ ਤੇਰਾ ਹੁਕਮ ਦਿਵੈ ਤਿਉਂ ਹੋਵਣਾ ਤੇਰੇ ਰੰਗ ਰਤੇ ਜੋ ਨਾ ਜੋ
ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ। ਜੈ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ।
ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ, ਦਮ ਦਮ ਸਦਾ ਸਮਾਰਦਾ, ਦਮ ਨਾ ਬਿਰਥਾ ਜਾਏ, ਦਮ ਦਮ ਸਦਾ ਸਮਾਰਦਾ, ਦਮ ਨਾ ਬਿਰਥਾ ਸਦਾ ਸਮਾਂ।